ਹਾਂਜੀ ਸਟੂਡੈਂਟਸ, ਗੁੱਡ ਮਾਰਨਿੰਗ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਆ ਜਾਓ ਆਪਾਂ ਅੱਗੇ ਨੈਕਸਟ ਲੈਕਚਰ ਵੱਲ ਵੱਧਦੇ ਹਾਂ ਰਾਜੇ। ਇਸ ਤੋਂ ਪਿੱਛੇ ਆਪਾਂ ਜਿਹੜਾ ਕੀਤਾ ਸੀ ਉਹ ਕੀਤਾ ਸੀਗਾ ਮਾਊਂਟੇਨਸ ਆਫ ਇੰਡੀਆ, ਇੰਡੀਆ ਦੇ ਜਿਹੜੇ ਪਹਾੜੀ ਸ਼੍ਰੰਖਲਾਵਾਂ ਨੇਗੀਆਂ ਉਹਨਾਂ ਬਾਰੇ ਆਪਾਂ ਨੇ ਜਾਣਕਾਰੀ ਕੀਤੀ ਸੀ, ਜਿਹਦੇ ਵਿੱਚ ਆਪਾਂ ਨੇ ਕੀਤਾ ਸੀ ਮਾਊਂਟੇਨਸ, ਹਿਮਾਲਿਅਨ ਮਾਊਂਟੇਨਸ। ਠੀਕ ਹੈ, ਆਪਾਂ ਨੇ ਮਾਊਂਟੇਨਸ ਨੂੰ ਦੋ ਪਾਰਟਸ ਦੇ ਵਿੱਚ ਵੰਡਿਆ ਸੀ, ਕਿਹੜੇ ਕਿਹੜੇ ਸੀ? ਇੱਕ ਹਿਮਾਲਿਅਨ ਮਾਊਂਟੇਨਸ ਅਤੇ ਦੂਸਰਾ ਸੀ ਪੈਨਿਨਸੂਲਰ। ਠੀਕ ਹੈ, ਅਤੇ ਹਿਮਾਲਿਅਨ ਮਾਊਂਟੇਨਸ ਨੂੰ ਆਪਾਂ ਨੇ ਤਕਰੀਬਨ ਕਰ ਲਿਆ ਸੀ, ਜਿਹਦੇ ਵਿੱਚ ਆਪਾਂ ਨੇ ਕਈ ਸਾਰੀਆਂ ਰੇਂਜਸ ਕੀਤੀਆਂ ਸੀ, ਜਿਵੇਂ ਕਿ ਕਾਰਾਕੋਰਮ ਰੇਂਜ, ਲੱਦਾਖ ਰੇਂਜ, ਜਾਂਸਕਰ ਰੇਂਜ, ਪੀਰ ਪੰਜਾਲ, ਧੌਲਾ ਧਾਰ। ਠੀਕ ਹੈ, ਹਿਮਾਲਿਆ ਨੂੰ ਫਿਰ ਅੱਗੇ ਫਰਦਰ ਆਪਾਂ ਨੇ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ, ਗ੍ਰੇਟ ਹਿਮਾਲਿਆ, ਲੈਸਰ ਹਿਮਾਲਿਆ ਅਤੇ ਆਊਟਰ ਹਿਮਾਲਿਆ। ਠੀਕ ਹੈ, ਇਹ ਸਾਰਾ ਈਸਟਰਨ ਹਿਮਾਲਿਆ ਜਿਹਨਾਂ ਨੂੰ ਪੂਰਵਾਂਚਲ ਕਿਹਾ ਜਾਂਦਾ ਹੈਗਾ, ਇਹ ਸਾਰਾ ਟੋਪਿਕ ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਕੰਪਲੀਟ ਕੀਤਾ ਸੀ। ਠੀਕ ਹੈ ਜੀ, ਅਤੇ ਅੱਜ ਦਾ ਜਿਹੜਾ ਹੈ ਉਹ ਹੈ ਆਪਣਾ ਪੈਨਿਨਸੂਲਰ ਮਾਊਂਟੇਨਸ। ਕਿਹੜਾ ਹੈਗਾ? ਪੈਨਿਨਸੂਲਰ ਮਾਊਂਟੇਨਸ। ਪੈਨਿਨਸੂਲਰ ਮਾਊਂਟੇਨਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਉਹ ਲੈਂਡ ਜਿਹਨੂੰ ਪਾਣੀ ਨੇ ਤਿੰਨ ਪਾਸੇ ਤੋਂ ਘੇਰਿਆ ਹੁੰਦਾ ਹੈਗਾ ਉਹਨੂੰ ਕਿਹੜਾ ਕਿਹਾ ਜਾਂਦਾ ਹੈਗਾ? ਪੈਨਿਨਸੂਲਰ ਲੈਂਡ ਕਹਿੰਦੇ ਨੇ। ਤਾਂ ਪੈਨਿਨਸੂਲਰ ਮਾਊਂਟੇਨਸ, ਪੈਨਿਨਸੂਲਰ ਮਾਊਂਟੇਨਸ। ਠੀਕ ਹੈ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਅਰਾਵਲੀ ਮਾਊਂਟੇਨਸ, ਫਿਰ ਆ ਗਏ ਜੀ ਵਿੰਧਿਆ ਮਾਊਂਟੇਨਸ, ਫਿਰ ਆ ਗਏ ਸਤਪੁੜਾ ਮਾਊਂਟੇਨਸ। ਠੀਕ ਹੈ, ਵਿੰਧਿਆ ਮਾਊਂਟੇਨਸ ਨੂੰ ਵਿਧਿਆਂਚਲ ਦੀਆਂ ਪਹਾੜੀਆਂ, ਵਿੰਧਿਆ ਵਿਧਿਆਂਚਲ ਦੀਆਂ ਪਹਾੜੀਆਂ, ਅਰਾਵਲੀ ਇਹਨਾਂ ਨੂੰ ਚਾਹੇ ਪੰਜਾਬੀ ਦੇ ਵਿੱਚ ਅਰਾਵਲੀ ਪਰਬਤ ਸ਼੍ਰੰਖਲਾ, ਸਤਪੁੜਾ ਪਰਬਤ ਸ਼੍ਰੰਖਲਾ। ਠੀਕ ਹੈ ਜੀ, ਇਸ ਤੋਂ ਬਿਨਾਂ ਆਪਾਂ ਜਿਹੜਾ ਆਪਣਾ ਇਹ ਸਾਊਥ ਭਾਰਤ ਵਾਲਾ ਪੋਰਸ਼ਨ ਹੈ, ਇਹਦੇ ਵਿੱਚ ਇਸ ਸਾਈਡ 'ਤੇ ਹੈ ਸਾਡੇ ਕੋਲ ਕਿਹੜੀ ਡਾਇਰੈਕਸ਼ਨ ਹੈ? ਵੈਸਟ ਡਾਇਰੈਕਸ਼ਨ। ਇਸ ਸਾਈਡ 'ਤੇ ਈਸਟ ਡਾਇਰੈਕਸ਼ਨ। ਠੀਕ ਹੈ, ਤਾਂ ਆਹ ਵਾਲੇ ਨੇ ਜਿਹੜੇ ਸਾਡੇ ਕੋਲ ਇੱਧਰਲੇ, ਇਹ ਨੇ ਵੈਸਟਰਨ ਘਾਟਸ, ਅਤੇ ਜੋ ਇਸ ਸਾਈਡ 'ਤੇ ਹੈ ਇਹਨਾਂ ਨੂੰ ਕਿਹਾ ਜਾਂਦਾ ਈਸਟਰਨ ਘਾਟਸ। ਪੱਛਮ ਦੇ ਘਾਟ, ਉੱਧਰ ਪੂਰਬ ਦੇ ਘਾਟ। ਠੀਕ ਹੈ, ਤਾਂ ਇਹਦੋਂ ਬਿਨਾਂ ਅਰਾਵਲੀ, ਵਿੰਧਿਆ ਅਤੇ ਸਤਪੁੜਾ ਮਾਊਂਟੇਨਸ।
ਜੀ ਆਪਾਂ ਸਭ ਤੋਂ ਪਹਿਲਾਂ ਅਰਾਵਲੀ ਦੀ ਗੱਲ ਕਰੀਏ ਰਾਜੇ। ਜਿਹੜੀ ਇਹ ਅਰਾਵਲੀ ਰੇਂਜ ਹੈ, ਇਹ ਦੁਨੀਆ ਦੇ ਸਭ ਤੋਂ ਪੁਰਾਣੇ ਪਹਾੜ ਨੇ। ਨੋਟ ਕਰ ਲਈਓ ਇਹ ਲਾਈਨ, ਇਹ ਕੀ ਨੇ ਗੇ, ਦੁਨੀਆ ਦੇ ਸਭ ਤੋਂ ਪੁਰਾਣੇ ਪਹਾੜ, ਓਲਡੈਸਟ ਇਨ ਦੀ ਵਰਲਡ, ਓਲਡੈਸਟ ਇਨ ਦੀ ਵਰਲਡ। ਤਾਂ ਇੱਕ ਚੀਜ਼ ਦੇਖੋ, ਆਪਾਂ ਨੇ ਹਿਮਾਲਿਅਨ ਮਾਊਂਟੇਨਸ ਕੀਤਾ ਸੀ, ਤਾਂ ਹਿਮਾਲਿਅਨ ਮਾਊਂਟੇਨਸ ਕੀ ਸੀ, ਯੰਗੈਸਟ ਇਨ ਦੀ ਵਰਲਡ, ਦੁਨੀਆ ਦੇ ਸਭ ਤੋਂ ਨਵੇਂ ਪਹਾੜ, ਅਤੇ ਅਰਾਵਲੀ ਕੀ ਹੈ, ਦੁਨੀਆ ਦੇ ਸਭ ਤੋਂ ਪੁਰਾਣੇ ਪਹਾੜ। ਠੀਕ ਹੈ, ਅਤੇ ਦੋਨੋਂ ਹੀ ਕਿੱਥੇ ਨੇਗੇ, ਇਹ ਭਾਰਤ ਦੇ ਵਿੱਚ ਨੇਗੇ, ਦੁਨੀਆ ਦੇ ਸਭ ਤੋਂ ਨਵੇਂ ਪਹਾੜ ਵੀ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਪਹਾੜ ਵੀ। ਤਾਂ ਓਲਡੈਸਟ ਇਨ ਦੀ ਵਰਲਡ, ਅਤੇ ਲਗਭਗ ਇਹ 800 ਕਿਲੋਮੀਟਰ ਲੰਬੇ, ਦੀ ਲੰਬਾਈ ਹੈ। ਦਿੱਲੀ ਤੋਂ ਸ਼ੁਰੂ ਹੁੰਦੇ ਨੇ ਇਹ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਦੇ ਪਲਾਨਪੁਰ ਵਿਖੇ, ਗੁਜਰਾਤ ਦੇ ਪਲਾਨਪੁਰ ਵਿਖੇ ਇਹ ਖਤਮ ਹੁੰਦੇ ਨੇ। ਤਾਂ ਧਿਆਨ ਰੱਖਣਾ, ਦਿੱਲੀ, ਦਿੱਲੀ ਤੋਂ ਹਰਿਆਣਾ, ਹਰਿਆਣੇ ਤੋਂ ਰਾਜਸਥਾਨ, ਰਾਜਸਥਾਨ ਤੋਂ ਗੁਜਰਾਤ ਦੇ ਪਲਾਨਪੁਰ ਤੱਕ ਇਹ ਸ਼ਰੰਖਲਾ ਚੱਲਦੀ ਹੈ, ਜਿਹੜੀ ਕਿ ਕੁੱਲ ਲਗਭਗ 800 ਕਿਲੋਮੀਟਰ ਲੰਬੀ ਹੈ। ਠੀਕ ਹੈ, ਤਾਂ ਇਹਦੀ ਅਰਾਵਲੀ ਦੀ ਸਭ ਤੋਂ ਉੱਚੀ ਚੋਟੀ, ਹਾਈਐਸਟ ਪੀਕ, ਹਾਈਐਸਟ ਪੀਕ ਕੀ ਦੀ, ਅਰਾਵਲੀ ਦੀ, ਉਹ ਕਿਹੜੀ ਹੈ, ਗੁਰੂ ਸ਼ਿਖਰ, ਗੁਰੂ ਸ਼ਿਖਰ। ਕਿੱਥੇ ਹੈ ਇਹ, ਮਾਊਂਟ ਆਬੂ ਵਿਖੇ, ਰਾਜਸਥਾਨ ਦੇ ਵਿੱਚ। ਯਾਦ ਰੱਖਣਾ ਰਾਜੇ, ਰਾਜਸਥਾਨ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਗੁਰੂ ਸ਼ਿਖਰ, ਹਿਲ ਸਟੇਸ਼ਨ ਕਿਹੜਾ ਪੈਂਦਾ ਉਹਨੂੰ, ਮਾਊਂਟ ਆਬੂ, ਅਤੇ ਸਟੇਟ ਕਿਹੜੀ ਪੈਂਦੀ ਹੈਗੀ, ਰਾਜਸਥਾਨ। ਠੀਕ ਹੈ, ਤਾਂ ਇਹ ਗੁਰੂ ਸ਼ਿਖਰ ਜਿਹੜੀ ਹੈ, ਇਹ ਰਾਜਸਥਾਨ ਦੀ ਜਾਂ ਅਰਾਵਲੀ ਪਰਬਤ ਸ਼੍ਰੰਖਲਾ ਜਿਹੜੀ ਕਿ 800 ਕਿਲੋਮੀਟਰ ਲੰਬੀ ਹੈ, ਉਹਦੇ ਵਿੱਚੋਂ ਸਭ ਤੋਂ ਲੰਬੀ ਚੋਟੀ ਕਿਹੜੀ ਹੈਗੀ, ਗੁਰੂ ਸ਼ਿਖਰ। ਠੀਕ ਹੈ, ਅਤੇ ਜਿਹਦੀ ਕੁੱਲ ਉਚਾਈ ਹੈ ਲਗਭਗ 1722 ਮੀਟਰ। ਠੀਕ ਹੈ, ਇੱਥੇ ਤੱਕ ਸਮਝ ਲੱਗ ਗਿਆ ਹੋਣਾ। ਚਲੋ, ਇਸ ਤੋਂ ਬਾਅਦ ਹੈ ਵਿੰਧਿਆ ਮਾਊਂਟੇਨਸ, ਵਿੰਧਿਆ ਮਾਊਂਟੇਨਸ। ਇਹ ਰਾਜੇ ਇੱਕ ਬਰੋਕਨ ਹਿਲਸ ਨੇਗੀਆਂ, ਮਤਲਬ ਇਹ ਕੰਟੀਨਿਊ ਨਹੀਂ ਚੱਲਦੀਆਂ ਗੀਆਂ, ਵਿਚਾਲੇ ਵਿਚਾਲੇ ਐਂ ਕਹਿ ਲਓ ਵੀ ਗੈਪ ਪੈ ਜਾਂਦਾ ਹੈਗਾ, ਜਿਵੇਂ ਆਪਾਂ ਕਹਿ ਦਈਏ ਵੀ ਪਹਾੜ ਚੱਲ ਰਹੇ ਨੇ, ਠੀਕ ਹੈ, ਉਸ ਤੋਂ ਬਾਅਦ ਖਤਮ ਹੋ ਗਏ, ਫਿਰ ਅੱਗੇ ਚੱਲ ਗਏ, ਠੀਕ ਹੈ, ਫਿਰ ਅੱਗੇ ਜਾ ਕੇ ਗੈਪ ਆ ਗਿਆ,
ਤਾਂ ਫਿਰ ਚੱਲ ਪਏ। ਤਾਂ ਇਸ ਤਰੀਕੇ ਨਾਲ ਇਹ ਕੀ ਹੈ, ਇੱਕ ਬ੍ਰੋਕਨ ਹਿਲਸ ਨੇਗੀਆਂ, ਮਤਲਬ ਕੰਟੀਨਿਊਸ ਨਹੀਂ ਚੱਲਦੀਆਂ, ਇਹ ਡਿਸਕੰਟੀਨਿਊ ਨੇਗੀਆਂ। ਤਾਂ ਅਸੀਂ ਇਹਨੂੰ ਲਿਖ ਸਕਦੇ ਹਾਂ ਕਿ ਬ੍ਰੋਕਨ ਰੇਂਜ ਆਫ ਹਿਲਸ। ਬ੍ਰੋਕਨ ਰੇਂਜ ਆਫ ਹਿਲਸ, ਠੀਕ ਹੈ, ਬ੍ਰੋਕਨ ਰੇਂਜ ਆਫ ਹਿਲਸ, ਪਹਾੜਾਂ ਦੀ ਕਿਹੜੀ ਰੇਂਜ ਹੈ, ਇਹ ਇੱਕ ਬ੍ਰੋਕਨ ਰੇਂਜ ਹੈਗੀ, ਜਿਹੜੀ ਕਿ ਲਗਭਗ 1086 ਕਿਲੋਮੀਟਰ ਲੰਬੀ ਹੈ। ਕਿੰਨੀ ਲੰਬੀ ਹੈ? 1086 ਕਿਲੋਮੀਟਰ ਲੰਬੀ ਹੈ। ਗੁਜਰਾਤ, ਮੱਧ ਪ੍ਰਦੇਸ਼, ਯੂਪੀ, ਛੱਤੀਸਗੜ੍ਹ, ਬਿਹਾਰ, ਰਾਜਸਥਾਨ ਤੋਂ ਸ਼ੁਰੂ ਹੋ ਕੇ ਇਹ ਰਾਜਸਥਾਨ, ਫਿਰ ਮੱਧ ਪ੍ਰਦੇਸ਼, ਫਿਰ ਯੂਪੀ, ਫਿਰ ਬਿਹਾਰ, ਛੱਤੀਸਗੜ੍ਹ, ਅਤੇ ਫਿਰ ਬਿਹਾਰ ਤੱਕ ਜਾ ਕੇ ਇਹ ਰੇਂਜ ਹੈ ਜਿਹੜੀ ਇਹ ਖਤਮ ਹੁੰਦੀ ਹੈ। ਵਿੰਧਿਆ ਮਾਊਂਟੇਨਸ, ਜਿਹਨੂੰ ਵਿਧਿਆਂਚਲ ਵੀ ਕਿਹਾ ਜਾਂਦਾ ਹੈ, ਵਿਧਿਆਂਚਲ, ਠੀਕ ਹੈ ਜੀ। ਸਦਭਾਵਨਾ ਸ਼ਿਖਰ ਹੈ ਜਿਹੜੀ, ਸਦਭਾਵਨਾ ਸ਼ਿਖਰ, ਜਾਂ ਆਪਾਂ ਕਹਿ ਸਕਦੇ ਹਾਂ ਗੁੱਡਵਿਲ ਪੀਕ, ਗੁੱਡਵਿਲ ਪੀਕ ਇਸ ਦੀ ਸਭ ਤੋਂ ਉੱਚੀ ਚੋਟੀ ਹੈ। ਜਿਹੜੀ ਕਿ ਦਮੋਹ ਡਿਸਟ੍ਰਿਕਟ ਮੱਧ ਪ੍ਰਦੇਸ਼ ਦੇ ਵਿੱਚ ਹੈ। ਵਿੰਧਿਆ ਮਾਊਂਟੇਨਸ ਦੀ ਸਦਭਾਵਨਾ ਸ਼ਿਖਰ ਸਭ ਤੋਂ ਉੱਚੀ ਚੋਟੀ ਹੈ, ਜਿਹਨੂੰ ਗੁੱਡਵਿਲ ਪੀਕ ਕਿਹਾ ਜਾਂਦਾ, ਅਤੇ ਇਹ ਦਮੋਹ ਡਿਸਟ੍ਰਿਕਟ ਦੇ ਵਿੱਚ ਪੈਂਦੀ ਹੈ, ਮੱਧ ਪ੍ਰਦੇਸ਼ ਦੇ। ਤਾਂ ਤੁਸੀਂ ਸਿੰਪਲ ਇਹ ਯਾਦ ਰੱਖਣਾ ਹੈਗਾ ਵੀ ਵਿੰਧਿਆ ਮਾਊਂਟੇਨਸ ਹੈਗੀਆਂ ਕਿੱਥੇ ਨੇਗੀਆਂ, ਠੀਕ ਹੈ। ਤਾਂ ਇਹ ਨੇਗੀਆਂ, ਦੇਖੋ ਗੁਜਰਾਤ ਆ ਗਿਆ, ਗੁਜਰਾਤ ਤੋਂ ਬਾਅਦ ਮੱਧ ਪ੍ਰਦੇਸ਼, ਯੂਪੀ, ਛੱਤੀਸਗੜ੍ਹ ਅਤੇ ਬਿਹਾਰ, ਅਤੇ ਇਹ ਇੱਕ ਬ੍ਰੋਕਨ ਰੇਂਜ ਹੈਗੀ, ਡਿਸਕੰਟੀਨਿਊ ਰੇਂਜ ਹੈਗੀ, ਠੀਕ ਹੈ। ਤਾਂ ਇਹਦੇ ਹੀ ਪੈਰਲਲ ਜਿਵੇਂ ਮੰਨ ਕੇ ਚੱਲੋ ਇਹ ਵਿੰਧਿਆ ਮਾਊਂਟੇਨਸ ਨੇਗੀਆਂ, ਇਹ ਸਾਰੀਆਂ ਵਿੰਧਿਆ ਮਾਊਂਟੇਨਸ ਚੱਲ ਰਹੀਆਂ ਨੇ, ਠੀਕ ਹੈ। ਤਾਂ ਕਿੱਥੋਂ ਸ਼ੁਰੂ ਹੋਈਆਂ ਨੇ ਇਹ ਵਿੰਧਿਆ ਮਾਊਂਟੇਨਸ? ਆਪਣੇ ਕੋਲ ਗੁਜਰਾਤ ਤੋਂ, ਗੁਜਰਾਤ ਤੋਂ ਲੈ ਕੇ ਅਪ ਟੂ ਕਿੱਥੇ ਤੱਕ ਚੱਲੀਆਂ ਨੇ ਇਹ ਆਪਣੇ ਕੋਲ? ਬਿਹਾਰ ਤੱਕ, ਠੀਕ ਹੈ ਰਾਜੇ।
ਇਸੇ ਤਰ੍ਹਾਂ ਇਹਨਾਂ ਦੀ ਪੈਰਲਲ ਰੇਂਜ ਹੈ ਇੱਕ, ਉਹ ਕਿਹੜੀ ਹੈ? ਉਹ ਹੈ ਸਤਪੁੜਾ ਰੇਂਜ। ਇਹਨਾਂ ਦੀ ਪੈਰਲਲ ਹੀ ਰੇਂਜ ਚੱਲ ਰਹੀ ਹੈਗੀ, ਉਹ ਕਿਹੜੀ ਰੇਂਜ ਹੈ? ਸਤਪੁੜਾ ਰੇਂਜ। ਸਤਪੁੜਾ ਅਤੇ ਵਿੰਧਿਆ ਮਾਊਂਟੇਨਸ ਨੇ ਜਿਹੜੀਆਂ, ਦੋਨੋਂ ਕੀ ਨੇਗੀਆਂ? ਪੈਰਲਲ ਨੇ। ਤਾਂ ਇਹ ਅਸੀਂ ਕੀਤਾ ਹੈਗਾ ਵਿੰਧਿਆ, ਵਿੰਧਿਆ ਤੋਂ ਬਾਅਦ ਨੈਕਸਟ ਹੈ ਜਿਹੜਾ ਉਹ ਹੈ ਸਾਡੇ ਕੋਲ ਸਤਪੁੜਾ ਮਾਊਂਟੇਨਸ। ਇਹ ਪੈਰਲਲ ਟੂ ਵਿੰਧਿਆ, ਵਿੰਧਿਆ ਦੇ ਬਿਲਕੁਲ ਕੀ ਨੇਗੀਆਂ? ਪੈਰਲਲ ਰੇਂਜ ਹੈਗੀ। ਠੀਕ ਹੈ, ਰੇਂਜ ਆਫ ਸੈਂਟਰਲ ਇੰਡੀਆ, ਇਹ ਕਿੱਥੇ ਨੇ? ਮੋਸਟਲੀ ਸੈਂਟਰਲ ਇੰਡੀਆ, ਮੱਧ ਭਾਰਤ, ਮੱਧ ਭਾਰਤ ਦੀ ਪਰਬਤੀ ਸ਼੍ਰੇਣੀ ਹੈ। ਇਹ ਮੱਧ ਭਾਰਤ ਦੀ ਕੀ ਹੈ? ਪਰਬਤੀ ਸ਼੍ਰੇਣੀ ਹੈ। ਕਿਹੜੀਆਂ ਆਪਣੇ ਕੋਲ? ਸਤਪੁੜਾ ਰੇਂਜ। ਠੀਕ ਹੈ, ਗੁਜਰਾਤ ਮਹਾਰਾਸ਼ਟਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ, ਇਹ ਰਾਜੇ ਸਟੇਟਾਂ ਨੇ ਜਿਨ੍ਹਾਂ ਦੇ ਵਿੱਚੋਂ ਹੋ ਕੇ ਇਹ ਲੰਘਦੀ ਹੈ। ਜੇ ਆਪਾਂ ਗੱਲ ਕਰੀਏ ਇਹਦੀ ਵੀ ਗੱਲ ਕਰ ਰਹੇ ਹਾਂ ਵੀ ਆਹ ਕੀ ਆਪਣੇ ਕੋਲ ਕਿੱਥੇ ਹੈ? ਗੁਜਰਾਤ। ਠੀਕ ਹੈ, ਤਾਂ ਥੋੜ੍ਹਾ ਜਿਹਾ ਇਹਦਾ ਹਿੱਸਾ ਕਿੱਥੇ ਆਉਂਦਾ ਹੈਗਾ? ਮਹਾਰਾਸ਼ਟਰ ਦੇ ਵਿੱਚ, ਫਿਰ ਜ਼ਿਆਦਾ ਪੋਰਸ਼ਨ ਇਹਦਾ ਮੱਧ ਪ੍ਰਦੇਸ਼ ਦੇ ਵਿੱਚ, ਮੱਧ ਪ੍ਰਦੇਸ਼ ਤੋਂ ਬਾਅਦ ਇਹ ਬਾਅਦ ਕਿੱਥੇ ਆ ਜਾਂਦੀਆਂ ਨੇਗੀਆਂ? ਛੱਤੀਸਗੜ੍ਹ ਦੇ ਵਿੱਚ। ਠੀਕ ਹੈ, ਤਾਂ ਇਹ ਕਿਹੜੀਆਂ ਨੇਗੀਆਂ? ਸਤਪੁੜਾ ਮਾਊਂਟੇਨ ਰੇਂਜ। ਤਾਂ ਸਤਪੁੜਾ ਮਾਊਂਟੇਨ ਰੇਂਜ ਦੀ ਹੁਣ ਜਿਵੇਂ ਇਸ ਰੇਂਜ ਦੀ ਆਪਾਂ ਨੇ ਕੀਤੀ ਸੀਗੀ ਸਭ ਤੋਂ ਉੱਚੀ ਚੋਟੀ ਹੈ, ਉਵੇਂ ਸਤਪੁੜਾ ਦੀ ਵੀ ਉੱਚੀ ਚੋਟੀ ਹੈ। ਤਾਂ ਸਤਪੁੜਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਸਭ ਤੋਂ ਉੱਚੀ ਚੋਟੀ ਸਤਪੁੜਾ ਦੀ ਕਿਹੜੀ ਹੈ ਰਾਜੇ ਆਪਣੇ ਕੋਲ? ਧੂਪਗੜ੍ਹ। ਧੂਪਗੜ੍ਹ ਕਿੱਥੇ ਹੈ? ਇਹ ਮੱਧ ਪ੍ਰਦੇਸ਼, ਪੰਚਮੜੀ, ਪੰਚਮੜੀ ਹਿੱਲ ਸਟੇਸ਼ਨ ਹੈ ਇਹ। ਮੱਧ ਪ੍ਰਦੇਸ਼ ਦੇ ਵਿੱਚ ਉੱਥੋਂ ਦੀ ਇਹ ਸਭ ਤੋਂ ਉੱਚੀ ਚੋਟੀ ਹੈ ਧੂਪਗੜ੍ਹ, ਜਿਹੜੀ ਕਿ ਸਤਪੁੜਾ ਰੇਂਜ ਦੇ ਵਿੱਚ ਆਉਂਦੀ ਹੈ। ਅਤੇ ਲਗਭਗ 1350 ਮੀਟਰ ਦੀ ਇਹਦੀ ਹਾਈਟ ਹੈ। 1350 ਮੀਟਰ ਦੀ ਇਹਦੀ ਕੀ ਹੈ? ਟੋਟਲ ਹਾਈਟ ਹੈ। ਠੀਕ ਹੈ, ਤਾਂ ਦੇਖੋ ਆਪਾਂ ਨੇ ਸਭ ਤੋਂ ਪਹਿਲਾਂ ਕੀਤਾ ਅਰਾਵਲੀ ਪਰਬਤ ਸ਼੍ਰੰਖਲਾ, ਫਿਰ ਉਸ ਤੋਂ ਬਾਅਦ ਕੀਤਾ ਵਿੰਧਿਆ, ਅਤੇ ਥਰਡ ਨੰਬਰ 'ਤੇ ਕੀਤਾ ਆਪਾਂ ਨੇ ਸਤਪੁੜਾ। ਠੀਕ ਹੈ, ਹੁਣ ਇਸ ਤੋਂ ਬਾਅਦ ਸਤਪੁੜਾ ਤੋਂ ਬਾਅਦ ਆਪਣੇ ਕੋਲ ਹੈ ਰਾਜੇ ਇੱਧਰ ਜਿਹੜੇ ਨੇਗੇ ਵੈਸਟਰਨ ਘਾਟਸ,
ਠੀਕ ਹੈ। ਵੈਸਟਰਨ ਘਾਟਸ, ਇਹਨਾਂ ਨੂੰ ਸਹਿਦਰੀ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਸਹਿਦਰੀ ਵੀ ਕਿਹਾ ਜਾਂਦਾ ਹੈ, ਵੈਸਟਰਨ ਘਾਟਸ ਨੂੰ, ਜਿਹੜੇ ਕਿ 1600 ਕਿਲੋਮੀਟਰ ਇਹਨਾਂ ਦੀ ਕੀ ਹੈ ਟੋਟਲ ਲੈਂਥ ਹੈ। ਵੀ ਜੇ ਆਪਾਂ ਗੱਲ ਕਰੀਏ ਵੀ ਇੱਥੋਂ ਚੱਲ ਰਹੀਆਂ ਨੇਗੀਆਂ ਤਾਂ ਇਹ ਟੋਟਲ ਇਹਨਾਂ ਦੀ ਲੰਬਾਈ ਕਿੰਨੀ ਹੈਗੀ, 1600 ਕਿਲੋਮੀਟਰ ਦੀ ਕੁੱਲ ਇਹਨਾਂ ਦੀ ਕੀ ਹੈ ਲੰਬਾਈ ਹੈ ਵੈਸਟਰਨ ਘਾਟਸ ਦੀ। ਤਾਂ ਇਹ ਜਿਹੜੀਆਂ ਵੈਸਟਰਨ ਘਾਟਸ ਨੇ ਗੁਜਰਾਤ ਮਹਾਰਾਸ਼ਟਰ ਗੋਆ ਕਰਨਾਟਕਾ ਕੇਰਲਾ ਤਾਮਿਲਨਾਡੂ ਤੱਕ ਜਾਂਦੀਆਂ ਨੇ। ਗੁਜਰਾਤ ਮਹਾਰਾਸ਼ਟਰ ਗੋਆ ਕਰਨਾਟਕਾ ਕੇਰਲਾ ਅਤੇ ਤਾਮਿਲਨਾਡੂ। ਰਾਜੇ ਸਭ ਤੋਂ ਪਹਿਲਾਂ ਇੱਥੇ ਆਹ ਗੁਜਰਾਤ ਆਉਂਦਾ, ਗੁਜਰਾਤ ਤੋਂ ਬਾਅਦ ਨੀਚੇ ਕਿਹੜਾ ਪੋਰਸ਼ਨ ਹੈ ਮਹਾਰਾਸ਼ਟਰ ਸਟੇਟ ਆ ਗਈ, ਫਿਰ ਕੀ ਆ ਗਿਆ ਗੋਆ, ਗੋਆ ਤੋਂ ਬਾਅਦ ਆ ਗਿਆ ਕਰਨਾਟਕਾ, ਕਰਨਾਟਕਾ ਤੋਂ ਬਾਅਦ ਆ ਗਿਆ ਕੇਰਲਾ। ਠੀਕ ਹੈ, ਇਸ ਰੀਜਨ ਨੂੰ ਇਹਦੇ ਅੱਧੇ ਰੀਜਨ ਨੂੰ ਹਾਫ ਰੀਜਨ ਹੈ ਜਿਹੜਾ, ਮੰਨ ਕੇ ਚੱਲੋ ਕਿਹੜਾ ਕਿਹੜਾ ਗੁਜਰਾਤ ਦਾ ਸੋਰੀ ਮਹਾਰਾਸ਼ਟਰ ਗੋਆ ਅਤੇ ਕਰਨਾਟਕਾ, ਇਹ ਜਿਹੜਾ ਰੀਜਨ ਹੈ ਨਾ, ਇਹ ਜਿਹੜਾ ਏਰੀਆ ਇਸ ਸਾਈਡ ਵਾਲਾ ਅੱਧਾ, ਇਹ ਕਿਹੜਾ ਕੋਂਕਣ ਰੀਜਨ ਹੈ, ਕੋਂਕਣ ਰੀਜਨ। ਠੀਕ ਹੈ, ਉਸ ਤੋਂ ਬਾਅਦ ਅੱਧਾ ਕਰਨਾਟਕਾ ਕੇਰਲਾ, ਅੱਧਾ ਕਰਨਾਟਕਾ ਕੇਰਲਾ ਅਤੇ ਤਾਮਿਲਨਾਡੂ, ਕਰਨਾਟਕਾ ਕੇਰਲਾ ਅਤੇ ਤਾਮਿਲਨਾਡੂ, ਇਹ ਹੈ ਮਾਲਾਬਾਰ ਰੀਜਨ। ਕਿਹੜਾ ਰੀਜਨ ਹੈ ਮਾਲਾਬਾਰ, ਮਤਲਬ ਆਹ ਹਾਫ ਤਾਂ ਹੋ ਗਿਆ ਸਾਡੇ ਕੋਲ, ਆਹ ਹਾਫ ਤਾਂ ਹੋ ਗਿਆ ਸਾਡੇ ਕੋਲ, ਕਿਹੜਾ ਰੀਜਨ ਹੈਗਾ ਜਿਹੜਾ ਕਿ ਕੋਸਟ ਦੇ ਨਾਲ ਲੱਗ ਰਿਹਾ, ਮਤਲਬ ਸਮੁੰਦਰੀ ਤੱਟ ਦੇ ਨਾਲ ਲੱਗ ਰਿਹਾ, ਮਹਾਰਾਸ਼ਟਰ ਹੋ ਗਿਆ ਗੋਆ ਹੋ ਗਿਆ ਅਤੇ ਕਰਨਾਟਕਾ ਹੋ ਗਿਆ, ਉੱਪਰਲਾ ਤਾਂ ਹੈ ਕੋਂਕਣ, ਜਿਹੜਾ ਉਸ ਤੋਂ ਬਾਅਦ ਨੀਚੇ ਵਾਲਾ ਅੱਧਾ ਕਰਨਾਟਕਾ ਕੇਰਲਾ ਅਤੇ ਤਾਮਿਲਨਾਡੂ, ਉਹ ਕਿਹੜਾ ਰੀਜਨ ਹੈਗਾ ਮਾਲਾਬਾਰ। ਠੀਕ ਹੈ, ਤਾਂ ਇਹੀ ਜਿਹੜੀ ਹੈ ਇੱਥੇ ਹੀ ਸਾਡੇ ਕੋਲ ਕੀ ਹੈਗੀ ਵੈਸਟਰਨ ਘਾਟਸ ਨੇ, ਪੱਛਮੀ ਘਾਟ। ਠੀਕ ਹੈ, ਤਾਂ ਇਹਨਾਂ ਪੱਛਮੀ ਘਾਟਾਂ ਨੂੰ ਕੀ ਕਿਹਾ ਜਾਂਦਾ ਹੈਗਾ ਸਹਿਦਰੀ ਵੀ ਕਿਹਾ ਜਾਂਦਾ ਇੱਥੇ, ਜਿਨ੍ਹਾਂ ਦੀ ਟੋਟਲ ਲੰਬਾਈ ਕਿੰਨੀ ਹੈਗੀ 1600 ਕਿਲੋਮੀਟਰ ਹੈ। ਠੀਕ ਹੈ ਜੀ,
ਅਨਾਏ ਮੁੜੀ ਤੇ ਦੋਦਾ ਬੇਟਾ। ਪੱਛਮੀ ਘਾਟ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੇ। ਅਨਾਏ ਮੁੜੀ ਹੈ ਕੇਰਲਾ ਦੇ ਵਿੱਚ, ਦੋਦਾ ਬੇਟਾ ਦਾ ਹਿਲ ਸਟੇਸ਼ਨ ਹੈ, ਊਟੀ ਇਹ ਹੈ ਤਾਮਿਲਨਾਡੂ ਦੇ ਵਿੱਚ। ਅਤੇ ਇਹ ਵੀ ਧਿਆਨ ਦੇ ਵਿੱਚ ਰੱਖਣਾ, ਜਿਹੜੀ ਦੋਦਾ ਬੇਟਾ ਹੈ ਇਹ ਨੀਲਗਿਰੀ ਦੀਆਂ ਪਹਾੜੀਆਂ ਦੀ ਹੈ, ਨੀਲਗਿਰੀ ਹਿਲਸ। ਰਾਜੇ ਧਿਆਨ ਰੱਖਣਾ, ਨੀਲਗਿਰੀ ਹਿਲਸ ਜਿਹਨੂੰ ਬਲੂ ਮਾਊਂਟੇਨਸ ਵੀ ਕਿਹਾ ਜਾਂਦਾ ਹੈ, ਇਹ ਵੈਸਟਰਨ ਘਾਟਸ ਦਾ ਹੀ ਕਿਹਨੇ ਪਾਰਟ ਨੇਗੀਆਂ। ਉਸੇ ਦੇ ਵਿੱਚ ਹੀ ਪੂਰੀ ਵੈਸਟਰਨ ਘਾਟ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਬਣਦੀ ਹੈ, ਅਨਾਏ ਮੁੜੀ ਵੀ ਹੈ ਅਤੇ ਇੱਕ ਦੋਦਾ ਬੇਟਾ ਵੀ ਹੈ, ਇਹ ਦੋ ਉੱਚੀਆਂ ਚੋਟੀਆਂ ਨੇ। ਠੀਕ ਹੈ, ਅਨਾਏ ਮੁੜੀ ਹੈ ਕੇਰਲਾ ਦੇ ਵਿੱਚ ਅਤੇ ਦੋਦਾ ਬੇਟਾ ਹੈ ਤਾਮਿਲਨਾਡੂ ਦੇ ਵਿੱਚ, ਊਟੀ ਇਹਦਾ ਹਿਲ ਸਟੇਸ਼ਨ ਹੈ। ਠੀਕ ਹੈ, ਅਤੇ ਹੈ ਕਿਹਦੀ, ਨੀਲਗਿਰੀ ਦੇ ਵਿੱਚ। ਠੀਕ ਹੈ ਜੀ, ਤਾਂ ਨੈਕਸਟ ਹੈ ਸਾਡੇ ਕੋਲ, ਇਹ ਤਾਂ ਸੀ ਸਾਡੇ ਕੋਲ ਵੈਸਟਰਨ ਘਾਟਸ, ਫਿਰ ਹੈ ਈਸਟਰਨ ਘਾਟਸ। ਨੈਕਸਟ ਹੈ ਸਾਡੇ ਕੋਲ ਈਸਟਰਨ ਘਾਟਸ। ਇਹ ਇੱਕ ਡਿਸਕੰਟੀਨਿਊ ਰੇਂਜ ਹੈ, ਡਿਸਕੰਟੀਨਿਊ ਰੇਂਜ। ਠੀਕ ਹੈ, ਜਿਵੇਂ ਆਪਾਂ ਨੇ ਪਹਿਲਾਂ ਕੀਤਾ ਸੀਗਾ, ਜਿਹੜੀ ਵਿੰਧਿਆ ਮਾਊਂਟੇਨਸ ਨੇਗੀਆਂ ਉਹ ਵੀ ਕਿਹਨੇ ਇੱਕ ਬ੍ਰੋਕਨ ਰੇਂਜ ਹੈ, ਡਿਸਕੰਟੀਨਿਊ ਰੇਂਜ ਹੈ, ਤਾਂ ਇਹ ਵੀ ਈਸਟਰਨ ਘਾਟਸ ਵੀ ਕੀ ਹੈ, ਡਿਸਕੰਟੀਨਿਊ ਹੈ। ਤਾਂ ਈਸਟਰਨ ਘਾਟਸ ਹੁਣ ਸਾਡੇ ਕੋਲ ਜਿਹੜੇ ਕਿ ਇਸ ਡਾਇਰੈਕਸ਼ਨ ਦੇ ਵਿੱਚ ਆ ਗਏ, ਉਹ ਕਿਹੜੇ ਨੇਗੇ ਰਾਜੇ, ਸਾਡੇ ਕੋਲ ਈਸਟਰਨ ਘਾਟਸ। ਤਾਂ ਈਸਟਰਨ ਘਾਟਸ ਦੀ ਜਿਹੜੀ ਹੈ ਸਾਡੇ ਕੋਲ ਉੜੀਸਾ ਤੋਂ ਸ਼ੁਰੂ ਹੋ ਕੇ ਆਂਧਰਾ ਪ੍ਰਦੇਸ਼, ਤਾਮਿਲਨਾਡੂ। ਠੀਕ ਹੈ, ਐਂਡ ਸਮ ਪਾਰਟਸ ਆਫ ਕਰਨਾਟਕਾ ਐਂਡ ਤੇਲੰਗਾਨਾ। ਕੁਛ ਪਾਰਟ ਇਹਦਾ ਕਿੱਥੇ ਹੈਗਾ, ਕਰਨਾਟਕਾ ਅਤੇ ਕੇਰਲਾ ਦੇ ਵਿੱਚ ਵੀ ਹੈ। ਅਤੇ ਇਹ ਕੀ ਹੈ, ਇੱਕ ਡਿਸਕੰਟੀਨਿਊ ਰੇਂਜ ਹੈਗੀ ਈਸਟਰਨ ਘਾਟਸ ਦੀ। ਠੀਕ ਹੈ, ਅਤੇ ਈਸਟਰਨ ਘਾਟਸ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਜ਼ਿੰਦਾਗੜਾ। ਜ਼ਿੰਦਾਗੜ ਕੀ ਹੈ, ਹਾਈਐਸਟ ਪੀਕ ਹੈ ਪੂਰਬੀ ਘਾਟਾਂ ਦੀ। ਠੀਕ ਹੈ, ਜ਼ਿੰਦਾਗੜ ਕੀ ਹੈ, ਹਾਈਐਸਟ ਪੀਕ ਹੈ ਪੂਰਬੀ ਘਾਟਾਂ ਦੀ। ਅੱਛਾ, ਇਸ ਤੋਂ ਬਾਅਦ ਹੈ ਨੀਲਗਿਰੀ ਹਿਲਸ, ਜਿਨ੍ਹਾਂ ਨੂੰ ਅਸੀਂ ਬਲੂ
ਮਾਊਂਟੇਨਸ ਵੀ ਕਹਿ ਦਿੰਦੇ ਨੇ। ਇਹ ਨੇ ਨੀਲਗਿਰੀ ਹਿਲਸ, ਵੈਸਟਰਨ ਘਾਟਸ ਦਾ ਹੀ ਪਾਰਟ ਨੇ, ਵੈਸਟਰਨ ਘਾਟਸ ਦਾ ਹੀ ਪਾਰਟ ਹਨ। ਨੀਲਗਿਰੀ ਹਿਲਸ ਵੈਸਟਰਨ ਘਾਟ ਦਾ ਹੀ ਪਾਰਟ ਨੇ ਗੇ, ਅਤੇ ਟ੍ਰਾਈ ਜੰਕਸ਼ਨ, ਇਹ ਤਿੰਨ ਸਟੇਟਾਂ ਦੇ ਵਿੱਚ ਇੱਕ ਤਰ੍ਹਾਂ ਦਾ ਟ੍ਰਾਈ ਜੰਕਸ਼ਨ ਬਣਾਉਂਦੀਆਂ ਨੇਗੀਆਂ। ਕਿਹੜੀਆਂ ਕਿਹੜੀਆਂ? ਕਰਨਾਟਕਾ, ਕੇਰਲਾ ਅਤੇ ਤਮਿਲਨਾਡੂ। ਠੀਕ ਹੈ, ਕਰਨਾਟਕਾ, ਕੇਰਲਾ ਅਤੇ ਤਮਿਲਨਾਡੂ ਆਪਦਾ ਕੀ ਬਣਾਉਂਦੀਆਂ ਨੇ, ਇਹ ਜੰਕਸ਼ਨ ਬਣਾਉਂਦੀਆਂ ਨੇਗੀਆਂ। ਅਤੇ ਨੀਲਗਿਰੀ ਹਿਲਸ ਵੈਸਟਰਨ ਘਾਟਸ ਨੂੰ ਈਸਟਰਨ ਘਾਟ ਦੇ ਨਾਲ ਕੀ ਕਰਦੀਆਂ ਨੇ, ਜੋੜਦੀਆਂ ਨੇ। ਨੀਲਗਿਰੀ ਹਿਲਸ ਇਹ ਹਿਲਸ ਵੈਸਟਰਨ ਘਾਟਸ ਨੂੰ ਈਸਟਰਨ ਘਾਟਸ ਦੇ ਨਾਲ ਜੋੜਦੀਆਂ ਹਨ। ਰਾਜੇ ਇਹਦਾ ਮਤਲਬ ਕੀ ਹੈ ਵੀ ਕਿਵੇਂ ਜੋੜਦੀਆਂ ਨੇਗੀਆਂ? ਸਿੰਪਲ, ਇੱਧਰਲੇ ਪਾਸੇ ਸਾਡੇ ਕੋਲ ਵੈਸਟ ਦੇ ਘਾਟ ਨੇ, ਵਿਚਾਲੇ ਇੱਧਰੋਂ ਕੀ ਆ ਗਈਆਂ, ਨੀਲਗਿਰੀ ਹਿਲਸ ਆ ਗਈਆਂ। ਠੀਕ ਹੈ, ਤਾਂ ਫਿਰ ਇਸ ਸਾਈਡ 'ਤੇ ਕੀ ਆ ਗਏ ਸਾਡੇ ਕੋਲ, ਈਸਟ ਦੇ ਘਾਟ। ਤਾਂ ਇਹਨਾਂ ਨੂੰ ਵਿਚਾਲੇ ਇਹ ਜਿਹੜੀਆਂ ਨੇਗੀਆਂ ਜੋੜਨ ਦਾ ਕੰਮ ਕਰਦੀਆਂ ਨੇਗੀਆਂ। ਵੀ ਮੰਨ ਕੇ ਚੱਲੋ ਵੀ ਅਸੀਂ ਵੈਸਟਰਨ ਘਾਟ ਤੋਂ ਈਸਟਰਨ ਘਾਟ ਵੱਲ ਜਾਣਾ ਹੋਵੇ, ਪਹਿਲਾਂ ਆਪਾਂ ਵੈਸਟਰਨ ਘਾਟ 'ਤੇ ਚੜ੍ਹਾਂਗੇ, ਉਸ ਤੋਂ ਬਾਅਦ ਨੀਲਗਿਰੀ ਹਿਲਸ ਹੋਣਗੀਆਂ ਵਿਚਾਲੇ, ਨੀਲਗਿਰੀ ਹਿਲਸ ਨੂੰ ਕ੍ਰੋਸ ਕਰਕੇ ਅਸੀਂ ਕਿਹਦੇ 'ਤੇ ਜਾਵਾਂਗੇ, ਈਸਟਰਨ ਘਾਟਸ 'ਤੇ ਜਾਵਾਂਗੇ। ਠੀਕ ਹੈ, ਤਾਂ ਇਹ ਕਾਹਦਾ ਕੰਮ ਕਰਦੀਆਂ ਨੇ, ਇੱਕ ਜੰਕਸ਼ਨ ਦਾ ਕੰਮ ਕਰਦੀਆਂ ਨੇ ਬਿਟਵੀਨ ਵੈਸਟਰਨ ਘਾਟਸ ਐਂਡ ਤਾਂ ਈਸਟਰਨ ਘਾਟਸ। ਠੀਕ ਹੈ, ਲਿਖ ਸਕਦੇ ਹਾਂ ਆਪਾਂ ਜੰਕਸ਼ਨ ਬਿਟਵੀਨ ਵੈਸਟਰਨ ਘਾਟਸ ਐਂਡ ਈਸਟਰਨ ਘਾਟਸ। ਠੀਕ ਹੈ, ਤਾਂ ਨੀਲਗਿਰੀ ਪਾਰਟ ਕਿਹਦਾ ਹੈਗਾ, ਉਹੀ ਵੈਸਟਰਨ ਘਾਟ ਦਾ ਪਾਰਟ ਹੈ। ਅਤੇ ਨੀਲਗਿਰੀ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ, ਉਹ ਹੈ ਦੋਦਾ ਬੇਟਾ, ਜੋ ਆਪਾਂ ਨੇ ਕਰੀ ਲਈ। ਇਹ ਕਿੱਥੇ ਹੈ? ਤਮਿਲਨਾਡੂ ਦੇ ਵਿੱਚ। ਠੀਕ ਹੈ, ਤਾਂ ਇਸ ਤੋਂ ਬਾਅਦ ਇੱਕ ਹੋਰ ਨੇ, ਉਹ ਹੈ ਕਾਰਡਾਮਮ ਹਿਲਸ। ਕਾਰਡਾਮਮ ਹਿਲਸ ਸਦਰਨ ਮੋਸਟ ਹਿਲਸ ਆਫ ਇੰਡੀਆ, ਮਤਲਬ ਇਹ ਦੱਖਣ ਭਾਰਤ ਦੀਆਂ ਸਭ ਤੋਂ ਆਖਰੀ ਪਹਾੜੀਆਂ ਨੇ। ਬਸ ਇੰਨਾ ਹੀ ਯਾਦ ਰੱਖਿਓ, ਸਦਰਨ ਮੋਸਟ ਹਿਲਸ ਆਫ ਇੰਡੀਆ, ਦੱਖਣ ਭਾਰਤ ਦੀਆਂ ਸਭ ਤੋਂ ਆਖਰੀ ਪਰਬਤੀ ਸ਼੍ਰੰਖਲਾ ਕਿਹੜੀ ਹੈ? ਕਾਰਡਾਮਮ। ਕਾਰਡਾਮਮ ਰਾਜੇ ਅਸੀਂ ਕਿਹਨੂੰ ਕਹਿ ਦਿੰਦੇ ਹਾਂ? ਇਲਾਇਚੀ ਨੂੰ ਕਹਿ ਦਿੰਦੇ ਹਾਂ। ਹੋ ਸਕਦਾ ਪੰਜਾਬੀ ਦੇ ਵਿੱਚ ਸਹੀ ਹੋਵੇ ਕਿ ਗਲਤ ਹੈ, ਬਸ ਤੁਸੀਂ ਸਿੰਪਲ ਯਾਦ ਰੱਖਿਓ ਰਾਜੇ। ਕਾਰਡਾਮਮ ਕਿਹਨੂੰ ਕਹਿ ਦਿੰਦੇ ਹਾਂ ਅਸੀਂ?
ਇਲਾਇਚੀ ਨੂੰ ਕਹਿ ਦਿੰਦੇ ਹਾਂ। ਤਾਂ ਕਾਰਡਾਮਮ ਹਿਲਸ ਨੇ ਜਿਹੜੀਆਂ ਇਹ ਸਾਊਥ ਭਾਰਤ ਦੀਆਂ ਐਂ ਕਹਿ ਲਓ ਵੀ ਇੱਥੇ ਵੈਸਟਰਨ ਘਾਟਸ ਨੇ। ਇਹ ਵੀ ਯਾਦ ਰੱਖਣਾ ਵੈਸਟਰਨ ਘਾਟਸ ਦਾ ਇੱਕ ਪਾਰਟ ਨੇਗੀਆਂ, ਪਰ ਇਹ ਬਿਲਕੁਲ ਕਿੱਥੇ ਨੇਗੀਆਂ, ਲਾਸਟ 'ਤੇ ਨੇ। ਇਦੂ ਬਾਅਦ ਸਮੁੰਦਰ ਸ਼ੁਰੂ ਹੋ ਜਾਂਦਾ। ਸਾਡੇ ਦੱਖਣ ਭਾਰਤ ਦੀਆਂ ਸਭ ਤੋਂ ਆਖਰੀ ਪਹਾੜੀਆਂ ਕਿਹੜੀਆਂ ਨੇ, ਜਾਂ ਨੀਲਗਿਰੀ ਹਿਲਸ ਨੇ, ਨੀਲਗਿਰੀ ਹਿਲਸ ਤੋਂ ਬਾਅਦ ਕਿਹੜੀਆਂ ਨੇਗੀਆਂ, ਕਾਰਡਾਮਮ ਹਿਲਸ। ਠੀਕ ਹੈ, ਤਾਂ ਇਹ ਕਿਹਦੇ ਵਿੱਚ ਆ ਗਿਆ, ਇਹ ਵੈਸਟਰਨ ਘਾਟਸ ਦਾ ਇੱਕ ਪਾਰਟ ਨੇਗੀਆਂ। ਠੀਕ ਹੈ, ਤਾਂ ਇਹਦੇ ਨਾਲ ਆਪਣਾ ਦੇਖੋ ਅਰਾਵਲੀ ਮਾਊਂਟੇਨਸ ਵੀ ਹੋ ਗਿਆ, ਵਿੰਧਿਆ ਮਾਊਂਟੇਨਸ ਵੀ ਹੋ ਗਿਆ, ਸਤਪੁੜਾ ਵੀ ਹੋ ਗਿਆ, ਈਸਟਰਨ ਘਾਟਸ ਵੀ ਹੋ ਗਿਆ, ਵੈਸਟਰਨ ਘਾਟਸ ਵੀ ਹੋ ਗਿਆ, ਨੀਲਗਿਰੀ ਹਿਲਸ ਵੀ ਹੋ ਗਿਆ, ਅਤੇ ਇੱਥੇ ਹਰੇਕ ਦੀ ਉੱਚੀ ਚੋਟੀ ਵੀ ਆਪਾਂ ਨੇ ਕਰ ਲਈ। ਅਤੇ ਪੂਰੇ ਦੇ ਪੂਰੇ ਜੇ ਪੈਨਿਨਸੁਲਾ ਦੀ ਉੱਚੀ ਚੋਟੀ ਕਰੀਏ, ਵੀ ਪੂਰੇ ਪੈਨਿਨਸੁਲਾ ਦੇ ਵਿੱਚ ਜਿੰਨੀਆਂ ਵੀ ਇਹ ਅਸੀਂ ਕੀਤੀਆਂ ਨੇ, ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਹਾਈਐਸਟ ਪੀਕ, ਹਾਈਐਸਟ ਪੀਕ ਆਫ ਪੈਨਿਨਸੁਲਾ, ਪੈਨਿਨਸੁਲਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਦੈਟ ਇਜ਼ ਅਨਾਏ ਮੁੜੀ, ਜਿਹੜੀ ਕਿ ਕਿੱਥੇ ਹੈ, ਆਪਾਂ ਪਹਿਲਾਂ ਵੀ ਲਿਖਾਇਆ ਮੈਂ ਤੁਹਾਨੂੰ, ਕੇਰਲਾ ਦੇ ਵਿੱਚ ਅਨਾਏ ਮੁੜੀ ਪੈਨਿਨਸੁਲਾ ਦੀ ਸਭ ਤੋਂ ਉੱਚੀ ਚੋਟੀ ਹੈ ਰਾਜੇ। ਠੀਕ ਹੈ, ਲਗਭਗ ਇਹਦੀ ਜਿਹੜੀ ਹਾਈਟ ਹੈ 2650 meters ਦੀ ਹੈ, ਇਹ ਪੂਰੇ ਦੇ ਪੂਰੇ ਲਗਭਗ ਹੈ ਰਾਜੇ, ਐਪਰੋਕਸੀਮੇਟ ਜੀ ਹੈਗੀ। ਠੀਕ ਹੈ, ਤਾਂ ਦੇਖੋ ਸਾਰੀਆਂ ਆਪਣੇ ਹੁਣ ਜਿਹੜੀ ਅੱਜ ਦਾ ਟੋਪਿਕ ਸੀ ਉਹ ਆਪਣਾ ਕੰਪਲੀਟ ਹੋ ਚੁੱਕਿਆ ਹੈਗਾ, ਮਾਊਂਟੇਨਸ ਆਫ ਇੰਡੀਆ। ਇਹਦੇ ਵਿੱਚ ਆਪਾਂ ਨੇ ਅੱਜ ਕੀ ਕੀਤਾ ਹੈਗਾ, ਪੈਨਿਨਸੁਲਰ ਮਾਊਂਟੇਨਸ ਇੱਕ ਵਾਰੀ ਰਿਵਾਈਜ਼ ਕਰਾ ਦਿੰਦਾ ਹੈਗਾ, ਕਿਹੜੀ ਕਿਹੜੀਆਂ, ਸਭ ਤੋਂ ਪਹਿਲਾਂ ਅਰਾਵਲੀ ਮਾਊਂਟੇਨਸ, ਫਿਰ ਵਿੰਧਿਆ ਮਾਊਂਟੇਨਸ, ਫਿਰ ਸਤਪੁੜਾ ਮਾਊਂਟੇਨਸ, ਉਸ ਤੋਂ ਬਾਅਦ ਵੈਸਟਰਨ ਘਾਟਸ, ਈਸਟਰਨ ਘਾਟਸ। ਵੈਸਟਰਨ ਘਾਟ ਦਾ ਪਾਰਟ ਨੇਗੀਆਂ ਨੀਲਗਿਰੀ ਹਿਲਸ ਅਤੇ ਕਾਰਡਾਮਮ ਹਿਲਸ, ਕਿਹਦਾ ਪਾਰਟ ਨੇਗੀਆਂ, ਵੈਸਟਰਨ ਘਾਟ ਦਾ ਪਾਰਟ ਨੇ। ਹਰੇਕ ਦੀ ਆਪਾਂ ਨੇ ਉੱਚੀ ਚੋਟੀ ਕੀਤੀ ਹੈ ਜੀ। ਵੈਸਟਰਨ ਘਾਟ ਦੀ ਉੱਚੀ ਚੋਟੀ ਕਿਹੜੀ ਹੈ, ਅਨਾਏ ਮੁੜੀ ਜਾਂ ਦੋਦਾ ਬੇਟਾ। ਈਸਟਰਨ ਘਾਟ ਦੀ ਉੱਚੀ ਚੋਟੀ ਕਿਹੜੀ ਹੈ, ਜਿੰਦਾਗੜਾ। ਠੀਕ ਹੈ, ਤਾਂ ਇਸ ਤੋਂ ਪਹਿਲਾਂ ਆਪਾਂ ਨੇ ਕੀਤਾ ਸੀ ਅਰਾਵਲੀ ਦੀ ਉੱਚੀ ਚੋਟੀ ਕਿਹੜੀ ਹੈ, ਗੁਰੂ ਸ਼ਿਖਰ। ਵਿੰਧਿਆ ਦੀ ਉੱਚੀ ਚੋਟੀ ਕਿਹੜੀ ਹੈ, ਗੁੱਡਵਿਲ ਪੀਕ। ਅਤੇ ਸਤਪੁੜਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਕਿ ਧੂਪਗੜਾ, ਜੋ ਕਿ ਪੰਚਮੜੀ ਹਿਲ ਸਟੇਸ਼ਨ ਮੱਧ ਪ੍ਰਦੇਸ਼ ਦੇ ਵਿੱਚ ਹੈ। ਆਈ ਹੋਪ ਕਿ ਰਾਜੇ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਣਾ ਹੈਗਾ, ਜੋ ਅੱਜ ਕਰਾਇਆ ਗਾ ਇਹਦੇ ਵਧੀਆ ਢੰਗ ਨਾਲ ਤੁਸੀਂ ਪ੍ਰੋਪਰ ਨੋਟਸ ਬਣਾ ਲਿਓ, ਅਤੇ ਜਿੰਨਾ ਚਿਰ ਰਿਵਾਈਜ਼ ਨਹੀਂ ਕਰੋਗੇ ਉਹਨਾਂ ਚਿਰ ਇਹ ਦਿਮਾਗ ਦੇ ਵਿੱਚ ਨਹੀਂ ਪੈਣਾ। ਇੱਕ ਵਾਰੀ ਸੁਣ ਲਿਆ, ਸੁਣ ਕੇ ਇਹਨੂੰ ਉਸੇ ਤਰ੍ਹਾਂ ਹੀ ਛੱਡਤਾ, ਇਹਦਾ ਕੋਈ ਫਾਇਦਾ ਨਹੀਂ। ਇਸ ਚੀਜ਼ ਨੂੰ ਕੀ ਕਰੋ, ਰਿਵਾਈਜ਼ ਕਰੋ। ਠੀਕ ਹੈ ਜੀ, ਥੈਂਕ ਯੂ।